ਮੇਰਾ ਰঞ্জੀਤ ਸਿੰਘ ਰঞ্জੀਤ ਸਿੰਘ ਥਾਂਦੇਵਾਲ ਦੇ ਤੌਰ ਤੇ ਜਾਣਦੇ ਮੈਨੂੰ ਸਾਰੇ ਬੀਜ ਡਿਪੋਰਟ ਚ ਰਟੈਡ ਸੁਪਰਡੈਂਟ ਹੈ ਤੇ ਇੱਥੇ ਹੁਣ ਮੈਂ ਆਪਣੇ ਸਹਿਤਕ ਤੌਰ ਤੇ ਜਾਂ ਹੋਰ ਲੋਕ ਕੋਲ ਮੇਰੇ ਟ੍ਰੇਡ ਜੀ ਨੂੰ ਆਗੂ ਦੇ ਤੌਰ ਤੇ ਸਾਰੇ ਡਾਕੂਮੈਂਟ ਜਾਣਦੇ ਨੇ ਸਰ ਕਿੰਨਾ ਪਰਿਵਾਰਾਤ ਹੈ ਮੇਰੇ ਲਈ ਦੋ ਬੇਟੀਆਂ ਤੇ ਮੇਰੇ ਮਿਸ ਜੈਤਮੈ ਇਸ ਵੇਲੇ ਸੀ ਚਾਰ ਜਣੇ ਹੈ ਕਰਦੇ ਚ ਤੇ ਸਰ ਯੂਕਰੇਨ ਦੇ ਵਿੱਚ ਜਿਹੜੀ ਰੂਸ ਦੇ ਨਾਲ ਜੰਗ ਦੀ ਮਸ਼ਨਕਾ ਜਦਾਈ ਜਾਰੀ ਹੈ ਜੀ ਤੁਹਾਡੀ ਬੇਟੀ ਕਦੋਂ ਤੋਂ ਯੂਕਰੇਨ ਗਈ ਇਹ 2018 ਦੇ ਵਿੱਚ ਸ਼ਾਇਦ 2018 ਚ ਗਈ ਸੀ ਨਾ ਮੈਂ 2018 ਦੇ ਵਿੱਚ ਮੇਰੀ ਬੇਟੀ ਨੇ ਯੂਕਰੇਨ ਗਈ ਸੀ ਜੀ ਅਸਲ ਦੇ ਵਿੱਚ ਮੈਂ ਥੋੜੀ ਜੀ ਤਰਸੀਮ ਜੀ ਤੁਹਾਨੂੰ ਦੱਸਣਾ ਚਾਹਣਾ ਕਿ ਮੇਰੀ ਬੇਟੀ ਜਿਹੜੀ ਹੈਗੀ ਆ ਬਿਆਹ ਦੇ ਸਕੂਲ ਦੇ ਟਾਈਮ ਤੇ ਬਹੁਤ ਇੰਟੈਲੀਜੈਂਟ ਤੇ ਬਹੁਤ ਹੁਸ਼ਿਆਰ ਬੱਚਾ ਸੀਗਾ ਮੇਰੀਆਂ ਦੋ ਬੇਟੀਆਂ ਹੈ ਵੱਡੀ ਬੇਟੀ ਵੀ ਮੇਰੀ ਡਾਕਟਰ ਹੈ ਉਹਨੇ ਜਿਹੜੀ ਹੈਗੀ ਆ ਉਹਦੇ ਐਮਬੀਬੀਐਸ ਕੀਤੀ ਹੋਈ ਹੈ ਆਦੇਸ਼ ਹਸਪੀਟਲ ਮਠੰਡਾ ਤੋਂ ਉਸ ਤੋਂ ਬਾਅਦ ਜਿਹੜੀ ਛੋਟੀ ਬੇਟੀ ਸੀਗੀ ਇਹਨਾਂ ਦੇ ਵਿੱਚ 5-6 ਸਾਲ ਦਾ ਗੈਪ ਸੀਗਾ ਤੇ ਜਦੋਂ ਤੱਕ ਉਹਦੀ ਡਿਗਰੀ ਕੰਪਲੀਟ ਹੋਈ ਵੱਡੀ ਬੇਟੀ ਦੀ ਤਾਂ ਫਿਰ ਛੋਟੀ ਦਾ ਤਕਰੀਬਨ ਉਹਦਾ ਪੜ੍ਹਾਈ ਦਾ ਸ਼ੁਰੂ ਹੋ ਗਿਆ ਮੈਡੀਕਲ ਦਾ ਇੱਥੇ ਅਸੀਂ ਜਿਹੜੇ ਹੈਗੇ ਤੇ ਕਿਉਂਕਿ ਪੰਜਾਬ ਦੇ ਵਿੱਚ ਸਰਕਾਰੀ ਹਸਪਤਾਲ ਥੋੜੇ ਸਰਕਾਰੀ ਸੀਟਾਂ ਥੋੜੀਆਂ ਸੀਆਂ ਤੇ ਕਿਸੇ ਕਾਰਨ ਜਿਹੜਾ ਹੈਗਾ ਮੇਰੀ ਜਿਹੜੀ ਬੀਟੀ ਦਾ ਜਿਹੜਾ ਹੈਗਾ ਦਾਖਲਾ ਹੋ ਰਿਹਾ ਸੀ ਵੀ ਉਹ ਦਾਖਲਾ ਹੋ ਰਿਹਾ ਸੀਗਾ ਗਵਰਨਮੈਂਟ ਕਾਲਜ ਵਿੱਚ ਇੱਥੇ ਜਿੰਨੇ ਵੀ ਪੰਜਾਬ ਦੇ ਪੰਜਾਬ ਦੇ ਗਵਰਨਮੈਂਟ ਕਾਲਜ ਹਰਿਆਣੇ ਦੇ ਵਿੱਚ ਇਹਨੂੰ ਪ੍ਰਾਈਵੇਟ ਤੌਰ ਤੇ ਸੀਟ ਮਿਲ ਰਹੀ ਸੀ ਕੋਈ ਪ੍ਰੋਬਲਮ ਨਹੀਂ ਸੀ ਉਹਦੀ ਸਿੱਖ ਮਿਨੋਰਟੀ ਕੋਟੇ ਦੇ ਵਿੱਚ ਵੀ ਇਹਦੀ ਜਿਹੜੀ ਦਾਖਲਾ ਹੋ ਗਿਆ ਸੀਗਾ 18 ਦੇ ਵਿੱਚ ਤਾਂ ਜਦੋਂ ਸਿੱਖ ਮਿਨੋਰਟੀ ਕੋਟੇ ਦੇ ਵਿੱਚ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਵਿੱਚ ਦਾਖਲਾ ਹੋਇਆ ਤਾਂ ਮੈਂ ਉਹਨਾਂ ਦੀ ਜਦੋਂ ਫੀਸ ਸਟਰਕਚਰ ਪੜਿਆ ਤਾਂ ਉੱਥੋਂ ਦੇ ਬਾਰੇ ਮੈਂ ਗੱਲ ਕੀਤੀ ਉਹਨਾਂ ਨਾਲ ਤੋ ਉਹ ਕਹਿੰਦੇ ਵੀ ਤੁਹਾਨੂੰ ਪਹਿਲੇ ਸਾਲ 6 60 6 ਲੱਖ 60 ਹਜ਼ਾਰ ਰੁਪਏ ਫੀਸ ਭਰਨੀ ਪਊਗੀ ਤੇ ਹੋਸਟਲ ਦਾ ਸਵਾ 2 ਲੱਖ ਰੁਪਏ ਹੋਸਟਲ ਦਾ ਖਰਚਾ ਸਾਡਾ ਨਾਲ ਉਹਨਾਂ ਨੇ ਕਿਹਾ ਵੀ ਜਿਹੜੀ ਇਹ ਫੀਸ ਦੇ ਨਾਲ ਜਿਹੜੀਆਂ ਬਾਕੀ ਚਾਰ ਫੀਸਾਂ ਰਹਿਣਗੀਆਂ ਕਿਉਂਕਿ 5 ਸਾਲ ਦਾ ਕੋਰਸ ਹੁੰਦਾ ਇੰਡੀਆ 'ਚ ਤਾਂ ਇਹdੀਆਂ ਤੁਸੀਂ 10% ਹੋਰ ਤੁਹਾਨੂੰ ਦੇਣਾ ਪਊਗਾ ਯਾਨੀ ਕਿ ਕੁੱਲ ਮਿਲਾ ਕੇ 15-16 ਲੱਖ ਰੁਪਏ ਦਾ ਇਹ ਬਣ ਜਾਂਦਾ ਪ੍ਰੋਜੈਕਟ ਤੇ ਮੈਂ ਕਿਉਂਕਿ ਮੇਰੀ ਵੱਡੀ ਬੇਟੀ ਦੇ ਉੱਤੇ ਵੀ ਪਹਿਲਾਂ ਉਹਦੀ ਫੀਸ ਵਗੈਰਾ ਕਾਫੀ ਸੀਗੀ ਤੇ ਹੁਣ ਇੱਕ ਐਜੇ ਮੁਲਾਜ਼ਮ ਤੇ ਇੱਕ ਟ੍ਰੇਡ ਜੁਨੋਰ ਨਾਗੂ ਦੇ ਤੌਰ ਤੇ ਮੇਰੇ ਕੋਲ ਇਹਨੇ ਪੈਸੇ ਹੈ ਨਹੀਂ ਸੀ ਕਿ ਮੈਂ ਉਹਨਾਂ ਦੀ ਜਿਹੜੀ ਹੈਗੀ ਆ ਪੂਰਾ ਕੋਰਸ ਕੰਪਲੀਟ ਕਰਾਉਣ ਦੀ ਸਮਰੱਥਾ ਰੱਖਦਾ ਹਾਂ ਤੇ ਛੋਟੀ ਬੇਟੀ ਦੇ ਦਿਮਾਗ 'ਚ ਇਹ ਸੀ ਵੀ ਮੈਂ ਵੀ ਡਾਕਟਰ ਬਣਨਾ ਚਾਹੁੰਦੀ ਆ ਕਿਉਂਕਿ ਉਹਦੇ ਸ਼ੁਰੂ ਤੋਂ ਇੱਕ ਟੀਚਰ ਸੀਗਾ ਵੀ ਮੈਂ ਡਾਕਟਰ ਬਣਨਾ ਪਰ ਉਹ ਫੀਸ ਦੀ ਜਿਹੜੀ ਮੇਰੀ ਆਰਥਿਕ ਹਾਲਤ ਉਹਨੇ ਵਧੀਆ ਨਾਣਕ ਭਾਵੇਂ ਮੇਰੇ ਮਿਸੇ ਵੀ ਟੀਚਰ ਨੇ ਤਾਂ ਅਸੀਂ ਦੋਨਾਂ ਦੇ ਜੋੜ ਕੇ ਵੀ ਸਾਨੂੰ ਇਹ ਲੱਗਦਾ ਸੀਗਾ ਵੀ ਇਹ ਜਿਹੜੀ ਦੀ ਫੀਸਾਂ ਦੀਆਂ ਨਹੀਂ ਦੇ ਸਕਾਂਗੇ ਅਸੀਂ ਕਿਉਂਕਿ ਅਸੀਂ ਪਹਿਲਾਂ ਹੀ ਲੋਨ ਲੈ ਕੇ ਘਰ ਪਾਇਆ ਫਿਰ ਬੱਚਿਆਂ ਨੂੰ ਪੜਾਇਆ ਸੀਗਾ ਤਾਂ ਮੇਰੇ ਜਦੋਂ ਮੈਂ ਦੀ ਬੇਟੀ ਨੂੰ ਕਿਹਾ ਵੀ ਮੇਰੇ ਇਹ ਜਿਹੜੀ ਆਪਾਂ ਗੁਰੂ ਰਾਮਦਾਸ ਮੈਡੀਕਲ ਕਾਲਜ ਦੀ ਜਿਹੜੀਆਂ ਫੀਸਾਂ ਤੇ ਜਿਹੜੀਆਂ ਹੋਰ ਉਹ ਕਈ ਅਸੀਂ ਕਾਉਂਸਲਿੰਗ ਨੂੰ اٹੈਂਡ ਕੀਤਾ ਪਰ ਹਰ ਵੇਰੀ ਮਤਲਬ ਜਿਹੜਾ ਵੀ ਕਾਲਜ ਮਿਲ ਰਿਹਾ ਸੀ ਉਹ ਪ੍ਰਾਈਵੇਟ ਕਾਲਜ ਮਿਲ ਰਿਹਾ ਸੀ ਉਹ ਪ੍ਰਾਈਵੇਟ ਕਾਲਜ ਦੀ ਉਹ 6 60 ਫੀਸ ਸੀਗੀ ਜੀ ਹਰ ਸਾਲ ਉਦੋਂ 10% ਵਿੱਚ ਵਾਧਾ ਹੋਣਾ ਸੀ ਤੇ ਆਖਰੀ ਫੀਸ ਜਿਹੜੀ ਲਗਭਗ 13 ਲੱਖ ਰੁਪਏ ਬਣ ਜਾਂਦੀ ਹੈ ਤੇ ਮੈਨੂੰ ਇਹ ਲੱਗਿਆ ਵੀ ਸਾਡਾ ਦੋਨਾਂ ਮੀਆਂ ਬੀਵੀ ਦਾ ਜੋੜ ਕੇ ਵੀ ਸਾਡਾ ਕੋਲ 13 ਲੱਖ ਨਹੀਂ ਜੁੜਦਾ ਤੇ ਫਿਰ ਉਹਨਾਂ ਦੇ ਹੋਸਟਲ ਦੇ ਖਰਚੇ ਵੀ ਐ ਹੋਰ ਵੀ ਬੱਚਿਆਂ ਦੇ ਲੀੜੇ ਕੱਪੜੇ ਉਹਨਾਂ ਦੀ ਫੀਸਾਂ ਤੋਂ ਬਿਨਾਂ ਵੀ ਤੇ ਸਾਨੂੰ ਇਹ ਲੱਗਿਆ ਵੀ ਇੰਨਾ ਪੈਸੇ ਅਸੀਂ ਨਾ ਦੇ ਹੀ ਨਹੀਂ ਸਕਾਂਗੇ ਜਵਾਕਨ ਤੇ ਬੱਚਾ ਨਰਾਸ਼ ਰਹਿਣ ਲੱਗ ਪਿਆ ਸੀ ਗੱਲ ਤੋਂ ਮੇਰੇ ਇੱਕ ਮਿੱਤਰ ਨੇ ਇੱਥੇ ਟੀਚਰ ਨੇ ਗੁਰਮukh ਸਿੰਘ ਗਵਰਨਮੈਂਟ ਸਕੂਲ ਦੇ ਵਿੱਚ ਲੱਗੇ ਹੋਏ ਨੇ ਬਹੁਤ ਵਧੀਆ ਬੰਦੇ ਨੇ ਉਹਨਾਂ ਨੇ ਮੈਨੂੰ ਸੁਨੇਹਾ ਲਾਇਆ ਮੇਰੇ ਨਾਲ ਗੱਲ ਕੀਤੀ ਕਹਿੰਦੇ ਬਾਈ ਜੀ ਤੁਹਾਡੀ ਬੇਟੀ ਦੱਕੀ ਬਣਿਆ ਮੈਂ ਕਿ ਬੇਟੀ ਦਾ ਦਾਖਲਾ ਤਾਂ ਉਹਦਾ ਮਿਲਦਾ ਹੈਗਾ ਪਰ ਪ੍ਰਾਈਵੇਟ ਕਾਲਜ ਮਿਲ ਰਿਹਾ ਜੀ ਉੱਥੇ ਅਸੀਂ ਇੰਨੀ ਫੀਸ ਭਰ ਨਹੀਂ ਸਕਦੇ ਉਹ ਕਹਿੰਦੇ ਮੈਂ ਮੇਰੀ ਬੇਟੀ ਵੀ ਜਾ ਰਹੀ ਹੈਗੀ ਹੈ ਤੇ ਵੀ ਅਸੀਂ ਤਾਂ ਹੁਣ ਇਹ ਸੋਚ ਲਿਆ ਵੀ ਚੁਕ੍ਰੇਨ ਚ ਭੇਜ ਦਿੰਦੇ ਹਾਂ ਤੇ ਉੱਥੇ ਬੜੀ ਵਧੀਆ ਪੜਾਈ ਹੈ ਮੇਰੇ ਕਈ ਟੀਚਰ ਮੇਰੇ ਦੋਸਤ ਹੈ ਵੀ ਉਹਨਾਂ ਦੇ ਬੱਚੇ ਵੀ ਉੱਥੇ ਪੜ੍ਹਦੇ ਆ ਤੇ ਤੁਸੀਂ ਵੀ ਆਪਦੇ ਬੇਟੀ ਨੂੰ ਉੱਥੇ ਭੇਜ ਦਿਓ ਮੈਂ ਕਭੀ ਠੀਕ ਹੈ ਚਲੋ ਮੈਂ ਉੱਥੇ ਵਿਚਾਰ ਦੇ ਜਦੋਂ ਬੀਟੀ ਨੇ ਗੱਲ ਕੀਤੀ ਤੇ ਇਹਨੂੰ ਐ ਥੋੜਾ ਜਿਆਦਾ ਚਿਹਰੇ ਤੇ ਰੰਗਤ ਜੀ ਆ ਗਈ ਵੀ ਮੈਨੂੰ ਮੈਂ ਵੀ ਡਾਕਟਰੀ ਕਰ ਲੂੰਗੀ ਹੁਣ ਹੁਣ ਉਹ ਅਸੀਂ ਸੋਚ ਕੇ ਤੇ ਖੜੇ ਪੈ ਰਹੀ ਅਸੀਂ ਇਹਦੀ ਜਿਹੜੀ ਏਜੰਸੀ ਅੰਮ੍ਰਿਤਸਰ ਦੀ ਹੈ ਜਿਹੜੀ ਉਹ ਭੇਜਦੀ ਹੈ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਆ ਜਾਓ ਤੁਹਾਨੂੰ ਅਸੀਂ ਅਪਲਾਈ ਕਰਵਾ ਦਾਂਗੇ ਚਲੋ ਅਸੀਂ ਉਹਨਾਂ ਦੇ ਪਾਸਪੋਰਟ ਵਗੈਰਾ ਬਣਾਇਆ ਜਲਦੀ ਜਲਦੀ ਪਾਸਪੋਰਟ ਬਣਾਇਆ ਉਹਦੀਆਂ ਜੋ ਫਾਰਮਲਿਟੀਆਂ ਸੀ ਉਹ ਪੂਰੀਆਂ ਕੀਤੀਆਂ ਕੋਣੋ ਫਾਰਮੈਟਿੰਗ ਕਰਕੇ ਅਸੀਂ ਬੱਚੇ ਨੂੰ ਭੇਜਤਾ ਸੀ ਉੱਥੇ ਦਾ ਜਿਹੜਾ ਖਰਚਾ ਸੀਗਾ ਤੇ ਇੰਡੀਆ ਦਾ ਖਰਚੇ ਦੇ ਅੱਧੋ-ਅੱਧਾ ਦਾ ਫਰਕ ਸੀ ਘੱਟੋ-ਘੱਟ ਵੀ ਸਾਡੀਆਂ ਜਿਹੜੀਆਂ ਇਹਦੀ 4800 ਡਾਲਰ ਇਹਦੀ ਅਮਰੀਕਨ ਡਾਲਰ 4800 ਫੀਸ ਹੈ ਇਹਨਾਂ ਦੀ ਤੇ ਉੱਥੇ ਕਈ ਯੂਨੀਵਰਸਿਟੀਆਂ ਹੋਈਆਂ ਵੀ ਜਿਹੜੀਆਂ 4800 ਡਾਲਰ ਇਤੋਂ ਵੀ ਸਸਤੀਆਂ ਵੀ ਹੈਗੀਆਂ ਪਰ ਇਹ ਯੂਨੀਵਰਸਿਟੀ ਥੋੜੀ ਜੀ ਵਧੀਆ ਯੂਨੀਵਰਸਿਟੀ ਹੋਣ ਕਰਕੇ ਚੰਗੀ ਸਟੈਂਡਰਡ ਦੀ ਯੂਨੀਵਰਸਿਟੀ ਹੋਣ ਕਰਕੇ ਤੇ ਵਿੱਚ ਗਵਰਨਮੈਂਟ ਦੀ ਇਹਦੇ ਨਾਲ ਹਿੱਸੇਦਾਰੀ ਹੋਣ ਕਰਕੇ ਤੇ ਇਹ ਸਾਨੂੰ ਲੱਗਿਆ ਯਾਰ ਇਹ ਯੂਨੀਵਰਸਿਟੀ ਸਭ ਤੋਂ ਬੈਟਰ ਹੈਗੀ ਹੈ ਤੇ ਅਸੀਂ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਖਰਕੇ ਉਹਦੇ ਵਿੱਚ ਇਹਨੂੰ ਦਾਖਲਾ ਕਰਵਾਤਾ 4800 ਡਾਲਰ ਦਾ ਜਿਹੜਾ ਹੈਗਾ ਉਹ ਸਵੇਰੇ ਜਦੋਂ ਭੇਜਿਆ ਤੇ ਉਦੋਂ ਕੋਈ 65 ਸੈਟ ਰੁਪਈਆ ਰੇਟ ਸੀਗਾ ਡਾਲਰ ਦਾ ਮੇਰੇ ਖਿਆਲ ਤੇ ਸਾਨੂੰ ਇਹ ਲੱਗਦਾ ਸੀ ਵੀ 30 ਜਿਹੜਾ ਹੈਗਾ ਇਹਦੇ ਨਾਲ ਪੌਣੇ ਇੱਕ 4 ਲੱਖ ਦੇ ਲਗਭਗ ਜਿਹੜੀ ਫੀਸ ਉਹਦੀ ਬਣਦੀ ਹੈ ਤੇ ਅਸੀਂ ਉਸਨਾਂ ਨੂੰ ਵੀ ਮੈਨੇਜ ਕਰ ਲਾਂਗੇ ਸੌਖਾ ਤੇ ਲੱਖ ਰੁਪਈਆ ਹੋਸਟਲ ਦਾ ਖਰਚਾ ਸੀ ਜਦੋਂ ਨੈਕਸਟ ਈਅਰ ਆਇਆ ਤਾਂ ਸਾਨੂੰ ਪਤਾ ਲੱਗਾ ਵੀ ਜਿਹੜੀ ਕਾਲਜ ਮੈਨੇਜਮੈਂਟ ਹੈ ਉਹਨਾਂ ਨੇ ਕਹਿੰਦੇ ਵੀ ਤੁਹਾਨੂੰ ਹੋਸਟਲ ਦੇ ਵਿੱਚ ਜੇ ਰਹਿਣਾ ਤਾਂ ਇਹਦੀ ਫੀਸ ਵੱਧ ਲੁਗੂਗੀ ਤੇ ਬੱਚੇ ਸਾਰੇ ਹੀ ਉੱਥੇ ਕੀ ਕਰਦੇ ਵੀ ਇੱਕ ਸਾਲ ਤਾਂ ਹੋਸਟਲ 'ਚ ਰਹਿੰਦੇ ਜਾਂਦੇ ਜਦੋਂ ਪਹਿਲਾ ਸਾਲ ਚੰਦੇ ਤਾਂ ਉਹ ਦੂਸਰਾ ਈਅਰ ਤੋਂ ਬਾਅਦ ਉਹ ਆਪਦੇ-ਆਪਦੇ ਕਮਰੇ 'ਚ ਲੈ ਲੈਂਦੇ ਆ ਮਿਲ ਜਾਂਦਾ ਸਾਰੇ ਯੂਕਰੇਨ ਦੇ ਵਿੱਚ ਲੋਕ ਬਿਜ਼ਨਸ ਹੱਥ ਤੋਂ ਬਹੁਤ ਯੂਨੀਵਰਸਿਟੀਆਂ ਜਿਹੜੀਆਂ ਮੈਡੀਕਲ ਕਰਾਉਂਦੀਆਂ ਤੇ ਬੇਟੀ ਵੀ ਮੈਨੂੰ ਕਹਿੰਦੀ ਵੀ ਫਿਰ ਦੋ ਜਾਨੀਆਂ ਨੇ ਰਲ ਕੇ ਉੱਥੇ ਇੱਕ ਕਮਰਾ ਲੈ ਲਿਆ ਸਾਲ ਕਹੇ ਨਿਕਲ ਗਿਆ ਫਿਰ ਇੱਕ ਅਗਲੇ ਸਾਲ ਇੱਕ ਹੋਰ ਉਹਨਾਂ ਦੀ ਬੇਟੀ ਦੀ ਕਿਸ਼ੇਲੀ ਸੀਗੀ ਉਹਨਾਂ ਨੇ ਰੜ ਕੇ ਲੈ ਲਿਆ ਤੀਜੇ ਸਾਲ ਵੀ ਐ ਨਿਕਲ ਗਿਆ ਇਹ ਬੇਟੀ ਮੇਰੀ ਇੱਕੋਂ ਕਿ ਸ਼ੁਰੂ ਤੋਂ ਹਿਆਰ ਸੀਗੀ ਤੁਹਾਨੂੰ ਮੈਂ ਦੀ ਬੰਦ ਦੱਸ ਕੇ ਟਿਆਂ ਵੀ ਇਹ ਜ਼ਿਲ੍ਹੇ ਦੇ ਵਿੱਚੋਂ ਫਰਸਟ ਆਈ ਸੀਗੀ 17 18 ਦੀ ਜਦੋਂ ਇਹਨਾਂ ਦੇ ਪੇਪਰ ਹੋਏ ਤਾਂ ਪਲੱਸ 2 ਦੇ ਵਿੱਚੋਂ ਤੇ ਸ਼ੁਰੂ ਤੋਂ ਇੰਟੈਲੀਜੈਂਟ ਆ ਸਾਰੀਆਂ ਦੀਆਂ ਜਿੰਨੇ ਮੈਂਟੂ ਪਏ ਨੇ ਸਾਰੇ ਉਹਦੀ ਹੈਗੇ ਵੀ ਵਧੀਆ ਐਜੂਕੇਸ਼ਨ ਲੈਣ ਦੇ ਉੱਤੇ ਵੀ ਵਧੀਆ ਬੁਲਾਰੇ ਦੇ ਤੌਰ ਤੇ ਵੀ ਵੀ ਮੈਂ ਕਹਿੰਦਾ ਮੇਰੇ ਪਰਿਵਾਰ ਚੋਂ ਸਭ ਤੋਂ ਵੱਧ ਇੰਟੈਲੀਜੈਂਟ ਤੇ ਮਿਹਨਤੀ ਬੱਚਾ ਸੀਗਾ ਤੇ ਮੇਰੀ ਛੋਟੀ ਬੇਟੀ ਹੈ ਭਾਵੇਂ ਮੇਰੀ ਵੱਡੀ ਬੇਟੀ ਵੀ ਡਾਕਟਰ ਹੈ ਸਿਆਣੀ ਹੈ ਪੜ੍ਹੀ ਲਿਖੀ ਹੈ ਲੇਕਿਨ ਮੈਂ ਕਹਿੰਦਾ ਵੀ ਉਹਦੇ ਨਾਲੋਂ ਵੀ ਇਹ ਬੜਾ ਇਹਦੇ ਟੀਚਰ ਬਹੁਤ ਪਿਆਰ ਕਰਦੇ ਸੀ ਹੁਣ ਵੀ ਜਿਹੜੇ ਯੂਕਰੇਨ ਚ ਵੀ ਇਹਦੇ ਟੀਚਰ ਬਹੁਤ ਪਿਆਰ ਕਰਦੇ ਬੱਚੇ ਨੂੰ ਮਿਹਨਤ ਵੀ ਉੱਥੇ ਬਹੁਤ ਕਰਦੀ ਹੈ ਪਰ ਇਹ ਹੁਣ ਉੱਥੇ ਸੀ ਜਦੋਂ ਭੇਜਿਆ ਸਿਰਫ ਲਾਲਚ ਇਹ ਹੀ ਸਾਡਾ ਕਿ ਬੱਚੇ ਨੇ ਐਮਬੀਬੀਸ ਕਰਨੀ ਹੈ ਸਾਨੂੰ ਇਹ ਸੀ ਵੀ ਇੱਥੇ ਨਾਲੋਂ ਸਸਤੀ ਉੱਥੇ ਹੋ ਜਾਂਦੀ ਹੈ ਤੇ ਪੜ੍ਹਾਈ ਵੀ ਇਹ ਕੰਪੈਰੀਟਿਵਲੀ ਉੱਥੇ ਵਧੀਆ ਹੈ ਕਿਉਂਕਿ ਇੱਥੇ ਜਿਹੜੇ ਹੈਗੇ ਜਿਹੜੇ ਕਾਲਜ ਨੇ ਪ੍ਰਾਈਵੇਟ ਜਿੰਨੇ ਵੀ ਹੈ ਕਹਿਣ ਉਹ ਜੋ ਮਰਜੀ ਸਰਕਾਰਾਂ ਕਹਿਣ ਪਰ ਇਹ ਸਚਾਈ ਇਹ ਹੈ ਵੀ ਇੱਥੇ ਜਿੰਨਾ ਉਹਨਾਂ ਨੂੰ ਟੀਚਰ ਜਾਂ ਹੋਰ ਸਟਾਫ ਦੇਣਾ ਹੁੰਦਾ ਫੀਸਾਂ ਬਹੁਤ ਲੈਂਦੇ ਆ ਪਰ ਟੀਚਰ ਉਹਨੇ ਪ੍ਰੋਵਾਈਡ ਨਹੀਂ ਕਰਦੇ ਉਹਨੇ ਸਿੱਖਿਆ ਜਿਹੜੀ ਵਧੀਆ ਸਿੱਖਿਆ ਹੋਣੀ ਚਾਹੀਦੀ ਉਹ ਨਹੀਂ ਦਿੱਤੀ ਜਾਂਦੀ ਹੁਣ ਤੁਹਾਡੀ ਬੇਟੀ ਦਾ ਲਾਸਟ ਈਅਰ ਹੈ ਨਹੀਂ ਲਾਸਟ ਈਅਰ ਨਹੀਂ ਇਹ ਤਾਂ ਕੀ 4th ਈਅਰ ਹੈ ਹਜੇ 2 ਸਾਲ ਉਹਦੇ ਹੋਰ ਲੱਗਣੇ ਆ ਕਿਉਂਕਿ ਉੱਥੇ 5 ਸਾਲ ਦੀ ਵਿਜਾਏ 6 ਸਾਲ ਦੀ ਹੁੰਦੀ ਹੈ 1 ਸਾਲ ਉੱਥੇ ਬੱਚਾ ਉਥੋਂ ਦੀ ਭਾਸ਼ਾ ਹੀ ਸਿੱਖਦਾ तकरीबन ਤੇ ਜਾਂ ਜਨਰਲ ਦੀ ਐਜੂਕੇਸ਼ਨ ਲੈਂਦਾ ਹੈ ਪਹਿਲਾ ਸਾਲ ਜਿਹੜਾ ਹੁੰਦਾ ਹੈ ਵੀ ਉਥੋਂ ਰਸ਼ੀਅਨ ਭਾਸ਼ਾ ਸਿੱਖਦੇ ਹੈ ਲੈਟਨ ਭਾਸ਼ਾ ਸਿੱਖਦੇ ਹੈ ਤੇ ਜਨਰਲ ਮੈਡੀਕਲ ਦੇ ਬਾਰੇ ਸਿੱਖਿਆ ਲੈਂਦੇ ਹੈ ਹੁਣ ਯੂਕਰੇਨ ਦੇ ਵਿੱਚ ਮਤਲਬ ਉੱਥੇ ਜਿਹੜਾ ਹੈਗਾ ਮਿਲਦੀ ਸਥਿਤੀ ਬਣੀ ਗਈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜਿਹੜੀ ਜੰਗ ਦੀ ਸਥਿਤੀ ਹੈ ਜੀ ਇਹ ਲਗਭਗ 2-3 ਮਹੀਨੇ ਤੋਂ ਉੱਥੋਂ ਦਾ ਜਿਹੜਾ ਹੈਗਾ ਰਸ਼ੀਆ ਦਾ ਤੇ ਯੂਕਰੇਨ ਦਾ ਜਿਹੜਾ ਹੈਗਾ ਝਗੜੇ ਦੀ ਗੱਲ ਖਬਰਾਂ ਔਨ ਲਾਈਨ ਪੀਸੀ ਤੋਂ ਸ਼ੁਰੂ-ਸ਼ੁਰੂ ਦੇ ਵਿੱਚ ਸਾਡੇ ਜਿਹੜੇ ਚੈਨਲ ਸੀਗੇ ਉਹ ਖਬਰਾਂ ਦਿੰਦੇ ਜਰੂਰ ਸੀ ਪਰ ਉਨੀ ਜਿਹੜੀਆਂ ਇਹ ਨਹੀਂ ਸੀਗਾ ਵੀ ਜਿਹੜੀ ਵੀ ਇਹ ਲੜਾਈ ਲੱਗ ਜੂਗੀ ਤੇ ਉਹਨਾਂ ਲੱਗਦਾ ਵੀ ਇੱਕ ਇਹ ਜਿਵੇਂ ਸਾਡੇ ਦੇਸ਼ ਦੇ ਤੇ ਸਾਡੇ ਗੁਆਂਢੀ ਮੁਲਕਾਂ ਦੇ ਨਾਲ ਸਾਡੇ ਕੋਈ ਟਸਲ ਚੱਲਦੀ ਰਹਿੰਦੀ ਵੀ ਇਹੋ ਜਿਹੀ ਲੜਾਈ ਹੈ ਕਿਤੇ ਪਰ ਹੁਣ ਪਿਛਲੇ 20 ਦਿਨਾਂ ਤੋਂ ਜਿਸ ਤੰਗ ਦੇ ਵਿੱਚ ਜਾਂ ਮਹੀਨਾ ਹੀ ਕਹਿ ਲਓ ਵੀ ਇੰਨੇ ਇੱਕ ਤਰ੍ਹਾਂ ਤੋਂ ਜਿਹੜੀਆਂ ਸਾਡੇ ਨੈਸ਼ਨਲ ਚੈਨਲ ਨੇ ਉਨ੍ਹਾਂ ਦੇ ਵਿੱਚ ਜਿਸ ਤੰਗ ਦਾ ਇਸ ਲੜਾਈ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ ਲਗਾਤਾਰ ਰਾਤ ਨੂੰ ਪ੍ਰਾਈਮ ਟਾਈਮ ਦੇ ਉੱਤੇ ਜਿਵੇਂ ਉਹ ਦਿੰਦੇ ਉੱਥੋਂ ਜਿਹੜੇ ਮਾਪੇ ਆ ਉਹਨਾਂ ਨੂੰ ਇਹ ਲੱਗਦਾ ਵੀ ਸਾਡੇ ਬੱਚਿਆਂ ਦੀ ਜ਼ਿੰਦਗੀ ਹੁਣ ਖਤਰੇ 'ਚ ਹੈ ਤੇ ਉਹ ਜਿਹੜੇ ਮਾਪੇ ਆ ਉੱਥੇ ਜਾ ਕੇ ਬੱਚਿਆਂ ਨੂੰ ਲਗਾਤਾਰ ਇਥੋ ਦੀਆਂ ਖਬਰਾਂ ਦੀਆਂ ਕਲਿੱਪਸ ਭੇਜ ਰਹੇ ਨੇ ਤਾਂ ਬਾਕੀ ਬੱਚੇ ਨੈੱਟ ਤੇ ਹੀ ਵੇਖ ਰਹੇ ਨੇ ਉੱਥੇ ਵੀ ਖਬਰਾਂ ਲੱਗਦੀਆਂ ਤੇ ਮੇਰੀ ਬੇਟੀ ਦੀ ਅਜ ਤੋਂ 10 ਦਿਨ ਪਹਿਲਾਂ ਤੱਕ ਦਾ ਇਹ ਸੀਗਾ ਵੀ ਪਾਪਾ ਸਾਡਾ ਜਿਹੜੇ ਸ਼ਹਿਰ ਚ ਅਸੀਂ ਹੈ ਵੀ ਖਾਰਕਿਵ ਦੇ ਵਿੱਚ ਖਬਰਾਂ ਜ਼ਰੂਰ ਹੈਗੀਆਂ ਵੀ ਸਾਡੇ ਤਸਲ ਹੈਗੀ ਹੈ ਪਰ ਸਾਡੀ ਜਿਹੜੀ ਸਾਡੀ ਜਿਹੜੀ ਯੂਨੀਵਰਸਿਟੀ ਹੈ ਉਹ ਇਸ ਮਾਮਲੇ ਤੇ ਬਿਲਕੁਲ ਖਮੋਸ਼ ਹੈ ਵੀ ਉਹ ਕਹਿੰਦੀ ਵੀ ਕੋਈ ਏਡੀ ਗੱਲ ਨਹੀਂ ਹੈਗੀ ਵੀ ਅਸੀਂ ਬੈਠੇ ਹਾਂ ਸੇਫ ਹੈ ਤੁਸੀਂ ਤੇ ਉਥੋਂ ਦੇ ਲੋਕਾਂ ਦੇ ਵਿੱਚ ਵੀ ਕੋਈ ਕਿਸੇ ਤਰ੍ਹਾਂ ਦਾ ਕੋਈ ਭਜਨਠ ਹਮਲੇ ਨੂੰ ਲੈ ਕੇ ਕੋਈ ਡਰ ਕੋਈ ਪੈ ਨਹੀਂ ਹੈ ਵੀ ਉਹਨੇ ਬਖਾਇਆ ਕਿ ਲੋਕੀ ਆਮ ਰੁਟੀਨ ਚ ਤੁਰੇ ਫਿਰਦੇ ਆ ਕੋਈ ਪਾਰਕਾਂ ਦੇ ਵਿੱਚ ਸੈਰ ਕਰਦਾ ਫਿਰਦਾ ਕੋਈ ਘੁੜਕਣਦਾ ਫਿਰਦਾ ਲੇਕਿਨ ਜਿਹੜੀ ਇੰਡੀਆ ਦੇ ਵਿੱਚ ਜਿਵੇਂ ਉਹਦੇਆਂ ਖਬਰਾਂ ਲੱਗ ਰਹੀਆਂ ਸੀਗੀਆਂ ਤਾਂ ਉਹਦੇ ਨਾਲ ਤਕਰੀਬਨ ਅਸੀਂ ਇੱਕ ਗਰੁੱਪ ਬਣਾਇਆ ਹੋਇਆ ਮੇਰੇ ਕੋਲੇ ਯੂਕਰੇਨ ਚ ਪੜ੍ਹਦੇ ਜਿਹੜੇ ਮਾਪੇ 10 15 ਜਣੇ ਉਹਦੇ ਵਿੱਚ ਮੈਂਬਰ ਉਹ ਵੀ ਮੈਨੂੰ ਲਗਾਤਾਰ ਮੈਸੇਜ ਭੇਜਦੇ ਰਹੇ ਕਿ ਵੀ ਬੜਾ ਟੈਨਸ਼ਨ ਹੈ ਯਾਰ ਇਹ ਬੱਚੇ ਉੱਤਰ ਬੈਠੇ ਆ ਲੜਾਈ ਲੱਗਣੀ ਆ ਫਲਾਨਾ ਚ ਲੜ ਆ ਕਹਿੰਦੇ ਫਲਾਨਾ ਚ ਚੱਲਣ ਕਹਿੰਦੇ ਤਾਂ ਉਹ ਕੁਝ ਮਿੱਤਰਾਂ ਨੇ ਅਸੀਂ ਵਿਚਾਰ ਕੇ ਯਾਰ ਲੜਾਈ ਲੱਗਣੀ ਨਹੀਂ ਪਰ ਜਿਸ ਦਿਨ ਜਮਾ ਇਹ ਆ ਗਿਆ ਹੁਣ ਵੀ ਇਹ ਤਾਂ ਉੱਥੇ ਰਸ਼ੀਆ ਨੇ ਕੁਝ ਬੈਠ ਕਰ ਲਈ ਕਿ ਕਰ ਲਈ ਵੀ ਅਟੈਕ ਹੋ ਗਿਆ ਕਿ ਨਹੀਂ ਜਾਂ ਉਥੋਂ ਦੇ ਬੈਲਾਰੂਸ ਦੇ ਇੱਕ ਪ੍ਰਧਾਨ ਮੰਤਰੀ ਦਾ ਹੈਗਾ ਕਿ ਅਸੀਂ ਜਿਹੜਾ ਹੈਗਾ ਐਟਮੀ ਬੰਬ ਮਤਲਬ ਲੜਾਈ ਵੀ ਕਰ ਸਕਦੇ ਤਾਂ ਉਹ ਸਾਰੇ ਕੁਝ ਨੇ ਇੱਥੇ ਇੱਕ ਬਹੁਤ ਹੀ ਡਰ ਤੇ ਭੈ ਦਾ ਮਾਹੌਲ ਬਣਾਇਆ ਮਾਪਿਆਂ ਦੇ ਵਿੱਚ ਹੁਣ ਜਿਹੜੇ ਬੱਚੇ ਹੈ ਉਸ ਜਦੋਂ ਇਹੋ ਜਿਹਾ ਮਾਹੌਲ ਬਣਦਾ ਹੈ ਤੇ ਜਿਹੜੀਆਂ 에ਅਰਲਾਈਨਸ ਹੈ ਜਾਂ ਹੋਰ ਹੈ ਕੋਕ ਉੱਥੇ ਘੱਟੋ ਘੱਟ 20000 ਬੱਚਾ ਜਿਹੜਾ ਹੈਗਾ ਮਤਲਬ ਜੋ ਮੀਡੀਆ ਦੇ ਵਿੱਚ ਖਬਰਾਂ ਵੀ ਹੈ ਤੇ 15 ਤੋਂ 20000 ਤੱਕ ਬੱਚਾ ਹੈਗਾ ਜਿਹੜਾ ਬਾਹਰ ਪੜਦਾ ਉਹ ਉੱਥੇ ਰਹਿਣ ਨਹੀਂ ਜਾਂਦਾ ਜਿੰਨੇ ਵੀ ਯੂਕਰੇਨ ਚ ਬੱਚੇ ਜਾਂਦੇ ਆ ਜਾਂ ਇਹ ਯੂਕਰੇਨ ਵਰਗੇ ਹੋਰ ਮੁਲਕ ਵੀ ਕਈ ਆ ਜਿਹੜੇ ਐਮਬੀਬੀਸ ਕਰਾਉਂਦੇ ਆ ਵੀ ਉੱਥੇ ਬੱਚੇ ਰਹਿਣ ਨਹੀਂ ਜਾਂਦੇਗੇ ਇਹ ਮਨ ਪਹਿਲੀ ਗੱਲ ਤੇ ਇਹ ਕਲੀਅਰ ਹੈ ਵੀ ਉੱਥੇ ਉਹ ਬੱਚੇ ਪੜ ਕੇ ਜਾਂ ਤਾਂ ਇੰਡੀਆ ਚ ਵਾਪਸ ਆ ਜਾਂਦੇ ਆ ਜਾਂ ਫਿਰ ਇੰਡੀਆ ਤੋਂ ਉੱਥੇ ਪੜਦੇ ਪੜਦੇ ਕੋਈ ਟੈਸਟ ਕਰਕੇ ਕੋਈ ਅਮਰੀਕਾ ਦਾ ਆਸਟ੍ਰੇਲੀਆ ਦਾ ਜਾਂ ਹੋਰ ਕਿਸੇ ਮੁਲਕ ਦਾ ਤੇ ਉਧਰ ਚਲੇ ਜਾਂਦੇ ਤੇ ਜਾ ਮਤਲਬ ਉਹਨਾਂ ਕੋਲ ਅਲਟੀਮੇਟਲੀ ਜਾ ਉਹ ਇੰਡੀਆ ਜਾ ਕੇ ਤੋਂ ਦਾ ਮੈਡੀਕਲ ਕਾਉਂਸਲ ਆਫ ਇੰਡੀਆ ਦਾ ਇੱਕ ਟੈਸਟ ਹੁੰਦਾ ਉਹ ਪਾਸ ਕਰਦੇ ਤੇ ਇੱਥੇ ਐਲੀਜੀਬਲ ਹੋ ਜਾਂਦੇ ਆ ਕਿ ਹੁਣੇ ਬੇਟੀ ਦਾ ਇਹ ਸੀਗਾ ਕਿ ਮੈਂ ਇਹ ਜਿਹੜੇ ਆਖਰੀ 2-3 ਸਾਲ ਆ ਵੀ ਇਹਨਾਂ ਦੇ ਵਿੱਚ ਮੈਂ ਹੈ ਕਿਸੇ ਹੋਰ ਦੇਸ਼ ਦਾ ਟੈਸਟ ਵੀ ਕਲੀਅਰ ਕਰਨਾ ਤੇ ਮੈਂ ਚਾਹੁੰਨੀ ਆ ਵੀ ਮੈਂ ਤੇ ਪੜਾਂ ਤੇ ਵੱਧ ਤੋਂ ਵੱਧ ਮੈਂ ਛੁੱਟੀਆਂ ਵੀ ਨਾ ਆਵਾਂ ਉਹਨੋਂ ਬੱਚੇ ਸੋਚਦਾ ਇਹ ਰਹੇ ਸੀਗੇ ਵੀ ਸਾਡੀ ਜਿਹੜੀ ਪੜ੍ਹਾਈ ਦਾ ਬਹੁਤ ਇਹ ਚਰਮ ਸੀਮਾ ਤੇ ਆ ਵੀ ਅਸੀਂ ਹੁਣ ਪੂਰੀ ਮਿਹਨਤ ਕਰਕੇ ਆਪਦੇ ਵਧੀਆ ਨੰਬਰ ਲੈ ਸਕੀਏ ਪਰ ਉਹ ਹੁਣ ਜਿਵੇਂ ਹਾਲਾਤ ਬਣੀ ਗਈ ਤੇ ਬੱਚਿਆਂ ਨੂੰ ਵੀ ਡਰ ਲੱਗਣ ਲੱਗ ਪਿਆ ਵੀ ਵੀ ਪਤਾ ਨਹੀਂ ਕੀ ਬਣਨਾ ਔਰ ਪਿਛਲੇ ਕੁਝ ਦਿਨਾਂ ਤੱਕ ਉਹਨਾਂ ਦੀ ਜਿਹੜੀ ਯੂਨੀਵਰਸਿਟੀ ਦਾ ਇਹ ਸੀਗਾ ਵੀ ਜਿਹੜੇ ਬੱਚੇ ਚੱਲੇ ਹਨ ਤੇ ਅਸੀਂ ਉਹਨਾਂ ਨੂੰ ਆਨਲਾਈਨ ਨਹੀਂ ਪੜਾਵਾਗੇ ਤੇ ਵੀ ਉਹ ਜਿਹੜੇ ਆਫਲਾਈਨ ਹੀ ਪੜਾਵਾਗੇ ਤੇ ਜਿਹੜੇ ਇੱਥੇ ਹੀ ਰਹਿਣਗੇ ਉਹੀ ਪੜ੍ਹਨਗੇ ਤੇ ਅਸੀਂ ਤਾਂ ਐਬਸੈਂਟਾਂ ਤੁਹਾਨੂੰ ਲੱਗ ਸਕਦੀਆਂ ਫਿਰ ਜਿਹੜੀ ਏਜੰਸੀ ਇਥੋਂ ਲੈ ਕੇ ਜਾਂਦੀ ਹੈ ਉਹਦੇ ਨੁਮਾਇੰਦਿਆਂ ਨਾਲ ਵੀ ਲੋਕਾਂ ਨੇ ਗੱਲ ਕੀਤੀ ਉਹ ਕਹਿੰਦੇ ਨਹੀਂ ਅਸੀਂ ਕੁਝ ਕਰਦੇ ਹਾਂ ਫਿਰ ਉਹਨਾਂ ਨੇ ਆਦੀਆਂ ਯੂਨੀਵਰਸਟੀਆਂ ਨਾਲ ਤਾਲਮਿਲ ਕੀਤਾ ਤੇ ਉਹ ਕਹਿੰਦੇ ਵੀ ਨਹੀਂ ਜਿਹੜੇ ਬੱਚੇ ਜਾਣਾ ਚਾਹੁੰਦੇ ਜਾਂਦੇ ਰਹਿਣ ਤੇ ਅਸੀਂ ਉਹਨਾਂ ਨੂੰ ਆਨਲਾਈਨ ਪੜਾ ਦੇਾਂਗੇ ਪਹਿਲਾਂ ਤਾਂ ਉਹਨਾਂ ਨੇ 26 ਮਾਰਚ ਤੱਕ ਦਾ ਸ਼ਾਇਦ ਰੱਖਿਆ ਸੀਗਾ ਵੀ 26 ਮਾਰਚ ਤੱਕ ਪੜਾਵਾਂਗੇ ਹੁਣ ਮੈਨੂੰ ਪਤਾ ਲੱਗਾ ਵੀ ਅਪ੍ਰੈਲ ਤੱਕ ਉਹਨਾਂ ਨੇ ਕਹਿਦਾ ਵੀ ਅਸੀਂ ਆਨਲਾਈਨ ਬੱਚਿਆਂ ਨੂੰ ਅਪ੍ਰੈਲ ਤੱਕ 15 ਅਪ੍ਰੈਲ ਜਾਂ ਇਹਦੇ ਔਨਵਰਡ ਵੀ ਬੱਚਿਆਂ ਨੂੰ ਆਨਲਾਈਨ ਪੜਾਵਾਂਗੇ ਹੁਣ ਤੁਹਾਡੀ ਜਿਹੜੀ ਬੇਟੀ ਹੈ ਉਹ ਕਲੀਅਰ ਹੋਣਾ ਚਾਹੁੰਦੀ ਬਿਲਕੁਲ ਹੋਣਾ ਚਾਹੁੰਦੀ ਹੈ ਜੀ ਔਰ ਉਹਨੇ तकरीबन ਉਹਨੇ ਜਿੱਦੋਂ ਇਹ ਖਬਰਾਂ ਵਾਲੀਆਂ ਤੇਜ਼ ਹੋਣ ਲੱਪੀਆਂ ਸੀਗੀਆਂ ਉਹਨਾਂ ਨੇ ਜਿਹੜੀਆਂ ਸੀਟ ਟਿਕਟ ਬੁੱਕ ਕਰਤੀ ਸੀ ਉਹ ਸਾਰੇ ਬੱਚੇ ਟਿਕਟਾਂ ਬੁੱਕ ਕਰ ਰਹੇ ਸੀਗੇ ਤੇ ਉੱਥੇ ਜਿਹੜੀਆਂ ਜਦੋਂ ਵੀ ਬੁਕਿੰਗ ਕਰਦੇ ਸੀ ਨਾਲ ਦੀ ਨਾਲ ਉਹ ਕਹਿੰਦੇ ਸੀ ਬੁਕਿੰਗ ਖਤਮ ਹੋ ਗਈ ਜੀ ਬਹੁਤ ਬੱਚੇ ਨੇ ਬੁੱਕ ਕਰ ਲਏ ਇਹਦੀ ਇੱਕ ਮੈਨੂੰ ਇਹਦਾ ਫੋਨ ਆਇਆ ਕਿ ਪਾਪਾ ਸਾਡੀ ਨਾ ਬੁਕਿੰਗ ਹੋ ਗਈ ਹੈ ਤੇ ਅਸੀਂ ਹੁਣ ਮਤਲਬ ਆ ਰਹੇ ਹੈਗੇ ਆਂ ਵੀ ਫਿਰ ਮੈਨੂੰ ਅਗਲੇ ਦਿਨ ਉਹਨਾਂ ਦਾ ਆਇਆ ਵੀ ਪਾਪਾ ਸਾਡੀ ਨਾ ਜਿਹੜੀ ਜਿਹੜੀ ਅਸੀਂ ਬੁਕਿੰਗ ਕਰਾਈ ਸੀ ਉਹ ਕੈਨਸਲ ਹੋ ਗਈ ਕਿਉਂਕਿ ਸਾਨੂੰ ਉਹਦੇ ਨਾਲ ਇੱਕ ਟ੍ਰਾਂਜ਼ਿਟ ਵੀਜ਼ਾ ਲੈਣਾ ਪੈਂਦਾ ਸੀਗਾ ਵੀ ਜਿਹੜੇ ਮੁਲਕ ਦੇ ਵਿੱਚੋਂ ਜਾਣੀ ਸੀ 에ਅਰਲਾਈਨਸ ਤਾਂ ਉਸ ਮੁਲਕ ਤੋਂ ਉੱਥੇ ਜਾ ਕੇ ਉੱਥੇ ਜਹਾਜ਼ ਬਦਲਦਾ ਤੇ ਉਹ ਜਹਾਜ਼ ਬਦਲਣ ਦਾ ਤੇ ਉਥੇ ਕੁਝ ਸਮਾਂ 에어ਪੋਰਟ ਤੇ ਰਹਿਣ ਵਾਸਤੇ ਕੋਈ ਵੀਜ਼ਾ ਲੱਗਦਾ ਸਪੈਸ਼ਲ ਉਹਨੂੰ ਕੋਈ 트랜지ਟ ਵੀਜ਼ਾ ਜਾਂ ਇਸ ਤਰ੍ਹਾਂ ਦਾ ਨਾਂ ਦੇ ਨਾਂ ਕਹਿੰਦੇ ਤੂੰ ਕਹਿੰਦੇ ਵੀ ਸਾਡਾ ਉਹ ਵੀਜ਼ੇ ਦਾ ਟਾਈਮ ਖਤਮ ਹੋ ਗਿਆ ਤੇ ਸਾਨੂੰ ਉਹ ਵੀਜ਼ੇ ਨਾ ਮਿਲਦ ਕਰਕੇ ਸਾਡੀ ਟਿਕਟ ਵੀ ਕੈਨਸਲ ਹੋ ਗਈ ਫਿਰ ਉਹਨਾਂ ਨੇ ਅਗਲੇ ਦਿਨ ਬੁਕਿੰਗ ਕਰਦੇ ਆ ਉਹ ਜਿਹੜੀ ਕੰਪਨੀ ਨੇ ਬੁਕਿੰਗ ਕਰਾਤੀ ਕਨਫਰਮ ਵੀ ਹੋ ਗਈ ਲੇਕਿਨ ਬਾਅਦ ਵਿੱਚ ਉਹ ਜਿਹੜੀ 에어ਲਾਈਨ ਸੀ ਕਿ ਉਹ ਕਹਿੰਦੇ ਵੀ ਸਾਡੀਆਂ ਅਸੀਂ ਜਾ ਨਹੀਂ ਸਕਦੇ ਜਾਂ ਕੋਈ ਕਾਰਨ ਉਹਨਾਂ ਨੇ ਉਹ ਟਿਕਟ ਵੀ ਰੱਦ ਹੋ ਗਈ ਜਦੋਂ ਦੋ ਵੀਰੀ ਟਿਕਟਾਂ ਰੱਦ ਹੋ ਗਈਆਂ ਤੇ ਬੱਚਿਆਂ 'ਚ ਹੋਰ ਇਰੀਟੇਸ਼ਨ ਹੋ ਗਈ। ਵੀ ਅਸੀਂ ਕੀ ਕਰੀਏ। ਇਹਦੇ ਦੌਰਾਨ ਇਹ ਅ ਪਿਛਲੀ ਮੇਰੇ ਸਾਹ 17 18 ਜਾਂ 19 ਦੇ ਵਿੱਚ ਮੈਂ ਖ਼ਬਰਾਂ ਸੁਣ ਰਿਹਾ ਸੀ ਤਾਂ ਬੱਚਿਆਂ ਨੂੰ ਮੈਂ ਵੇਖਿਆ ਵੀ ਜਿਹੜੀ ਇੰਡੀਅਨ ਗਵਰਨਮੈਂਟ ਵੱਲੋਂ ਵੀ ਆ ਗਿਆ ਵੀ ਅਸੀਂ ਤਿੰਨ ਜਹਾਜ਼ ਭੇਜ ਰਹੇ ਹਾਂ ਵੀ ਜਿਹੜੀ ਉੱਥੋਂ ਬੱਚਿਆਂ ਨੂੰ ਲੈ ਕੇ ਆਉਣਗੇ। ਤਾਂ ਬੜਾ ਚੰਗਾ ਲੱਗਾ ਯਾਰ ਸਰਕਾਰ ਜਿਹੜੀ ਹੈਗੀ ਤਿੰਨ ਜਹਾਜ਼ ਭੇਜ ਰਹੀ ਹੈ। ਉਹਨਾਂ ਬੱਚਿਆਂ ਨੂੰ ਮੈਂ ਉਸੇ ਵੀਡੀਓ ਖਬਰ ਦੀ ਜਿਹੜੀ ਕਲਿੱਪ ਉੱਧਰ ਭੇਜੀ ਵੀ ਆ ਇੰਡੀਅਨ ਗਵਰਨਮੈਂਟ ਪਰ ਉਹਾਂ ਦੇ ਵੀ ਉਹ ਕਾਫੀ ਤਣਾ ਉਹਨਾਂ ਨੇ ਵੇਚ ਕੀਤਾ ਕਹਿੰਦੇ ਵੀ ਜਿਹੜੀ ਉੱਥੋਂ ਦੀ ਇੰਡੀਅਨ ਐਮਬੈਸੀ ਹੈ ਉਸ ਐਮਬੈਸੀ ਵੱਲੋਂ ਕੋਈ ਅਫੀਸ਼ੀਅਲ ਇਸ ਤਰ੍ਹਾਂ ਦੀ ਕੋਈ ਪੋਸਟ ਨਹੀਂ ਪਾਈ ਗਈ ਵੀ ਸਾਡੇ 3 ਜਹਾਜ਼ ਆ ਰਹੇ ਆ ਤੁਸੀਂ ਬੇਫਿਕਰ ਹੋ ਜਾਓ ਵੀ ਅਸੀਂ ਤੁਹਾਨੂੰ ਲੈ ਕੇ ਜਾਂਦੇ ਰਹਾਂਗੇ ਪਰ ਉਹਨਾਂ ਦੀ ਜਿਹੜੀ ਇੰਡੀਆ ਦੇ ਵਿੱਚੋਂ ਫਲੈਟਸ ਜਾਣ ਦੀ ਸੀਗੀ ਤੇ ਉਹਨਾਂ ਦੀ ਜਦੋਂ ਬੁਕਿੰਗ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦੀਆਂ ਟਿਕਟਾਂ ਹੀ ਇੰਨੀਆਂ ਮਹਿੰਗੀਆਂ ਕਿ ਉਹ ਜਿਹੜਾ ਆਮ ਬੰਦਾ ਹੈ ਜਿਹੜਾ ਮਸਾਂ ਹੀ ਫੀਸ ਇਕੱਠੀ ਕਰਕੇ ਸਾਲ ਦੀ ਭੇਜਦਾ ਹੈ ਤੇ ਉਹਨੂੰ ਇਹ ਲੱਗਦਾ ਹੈਗਾ ਕਿ ਮੈਂ ਹੁਣ 80000 ਜਾਂ ਲੱਖ ਰੁਪਏ ਜਾਂ 60000 ਦੇ ਵਿੱਚ ਟਿਕਟ ਕਿਉਂਕਿ ਜਿਹੜੇ ਯੂਕਰੇਨ ਦੀ ਜਦੋਂ ਇਹ ਪਹਿਲੀ ਵਾਰੀ ਬੱਚੇ ਗਏ ਆ ਤੇ 15-15000 ਦੀਆਂ ਟਿਕਟਾਂ ਲਈਆਂ ਹੁਣ 15000 ਦੀ ਟਿਕਟ ਇੰਡੀਆ ਦੇ ਵਿੱਚ ਜਿਹੜੀ ਜਾਣ ਦੇ ਵਿੱਚ ਵੀ ਇੰਨਾ ਹੀ ਕੀ ਖਰਚਾ ਹੁੰਦਾ ਲੇਕਿਨ ਉਦੋਂ ਬਾਅਦ ਕੀ ਹੋਇਆ ਵੀ ਪਾਕਿਸਤਾਨ ਦਾ ਤੇ ਇੰਡੀਆ ਦਾ ਆਪਸ ਵਿੱਚ ਝਗੜਾ ਵਧਨ ਕਰਕੇ ਜਿਹੜੀਆਂ ਪਾਕਿਸਤਾਨ ਨੇ ਸਾਡੀਆਂ ਉਡਾਣਾਂ ਜਿਹੜੀਆਂ ਉੱਤੇ ਉੱਪਰ ਦੀ ਜਾਂਦੀਆਂ ਸੀ ਉਹਨਾਂ ਨੂੰ ਰੋਕ ਲਾਤੀ ਉਹ ਉੱਤੇ ਰੋਕ ਲੱਗਣ ਦੇ ਕਾਰਨ ਜਿਹੜੀਆਂ ਇੰਡੀਅਨ ਜਿਹੜੀਆਂ 에ਅਰਲਾਈਨਸ ਐ ਉਹ ਬੰਬੇ ਵਗੈਰਾ ਹੋ ਕੇ ਤੇ ਹਿੰਦ ਮਹਾਸਾਗਰ ਵਾਲੇ ਪਾਸੇ ਦੀ ਜਾਂਦੀਆਂ ਤੇ ਇਹਦੇ ਨਾਲ ਉਹਨਾਂ ਦਾ ਰੂਟ ਵੱਧ ਗਿਆ ਤੇ ਉਹਨਾਂ ਦਾ ਰੇਟ ਵੀ ਵਧਨੇ ਸੀਗਾ ਖਰਚਾ ਵੱਧ ਪੈਣ ਲੱਗ ਪਿਆ ਚਲੋ 30-35 ਕੁ ਹਜ਼ਾਰ ਤੱਕ ਦਾ ਉਹ ਦਾ ਜਦੋਂ ਅਗਲੀਆਂ ਆਏ ਆ 18 ਤੋਂ ਬਾਅਦ ਜਦੋਂ ਬੱਚੇ ਆਏ ਤੇ ਸਾਨੂੰ ਲੱਗਿਆ ਵੀ ਚਲੋ ਕੋਈ ਗੱਲ ਨਹੀਂ ਪਈ ਹੁਣ ਜਿਹੜਾ ਉਹਨਾਂ ਦਾ ਹੈ ਹੀ ਪਰ ਹੁਣ 80-80 ਹਜ਼ਾਰ ਰੁਪਈਆ ਉਸੇ ਟਿਕਟ ਦਾ ਜਿਹੜਾ ਹੈਗਾ ਇਹ ਸਾਡੀਆਂ ਜਿਹੜੀਆਂ ਭਾਰਤ ਦੀਆਂ ਜਿਹੜੀਆਂ ਕੰਪਨੀਆਂ ਸਮਝ ਲਓ ਵੀ ਉਹ ਚਾਰਜ ਕਰ ਰਹੀਆਂ ਸੀ ਜੋ ਬੱਚਿਆਂ ਨੇ ਦ ਦੀ ਮਤਲਬ ਕਿ ਜਿਹੜੀ ਹੈਗੀ ਆ ਟਿਕਟ ਤਾਂ ਮਹਿੰਗੀ ਹੋਵੇਗੀ ਮਹਿੰਗੀ ਹੋਵੇਗੀ ਤੇ ਜਿਹੜੇ ਸੇਫ ਮਤਲਬ ਇੰਡੀਆ ਜਾ ਕੇ ਹੋਣਗੇ ਹਾਂ ਬਿਲਕੁਲ ਇਹ ਵੀ ਹੋਣਗੇ ਹੁਣ ਉੱਥੇ ਇੱਕ 에ਅਰ ਸਥਾਨਾ ਹੈ ਜਦੋਂ ਬੱਚੇ ਭਰ ਰਹੇ ਸੀਗੇ ਤੋਂ ਇਹ 에ਅਰ ਸਥਾਨਾ ਜਿਹੜੀ ਹੈਗੀ ਆ ਉਹ ਹੈ ਤਾਂ ਕਿਸੇ ਰੇਸ਼ੀਨ ਕੰਟਰੀ ਦੀ ਹੈ ਲੇਕਿਨ ਉਹ ਇੰਡੀਆ ਦੇ ਵਿੱਚੋਂ ਅਕਸਰ ਉਹਨਾਂ ਦਾ ਜਿਹੜੇ ਆਉਣ ਜਾਣ ਬਣਿਆ ਰਹਿੰਦੇ ਆ ਤੇ ਉਹਦੀ ਜਿਹੜੀਆਂ ਟਿਕਟਾਂ ਉਹਨਾਂ ਨੇ ਬੁੱਕ ਕਰਾਈਆਂ ਹੁਣ ਉਹਦੇ ਵਿੱਚ ਉਹਨਾਂ ਨੂੰ ਜਿਹੜੀ ਟਿਕਟ ਮਿਲੀ ਹੈ ਉਹ ਤਕਰੀਬਨ ਜੈਨੂਨ ਜੈਰਿਟੀ ਹੈ 35000 ਦੇ ਵਿੱਚ ਹੀ ਮਿਲੀ ਹੈ ਲੇਕਿਨ ਉਹਦੇ ਵਿੱਚ ਰਸਤੇ 'ਚ ਰੁਕਣ ਦਾ ਬਹੁਤ ਲੰਮਾ ਗੈਪ ਹੈ ਮਤਲਬ 18 ਮਤਲਬ 30 32 ਘੰਟੇ ਰਸਤੇ 'ਚ ਕਿਤੇ ਰੁਕਣਾ ਉਹਨਾਂ ਜਹਾਜ਼ ਨੇ ਫਿਰ ਕਿਤੇ ਇੰਡੀਆ 'ਚ ਆਉਣਾ ਔਰ ਸਾਨੂੰ ਚਲੋ ਇਹ ਬੱਚਿਆਂ ਨੂੰ ਇਹ ਲੱਗਿਆ ਵੀ ਜਿਹੜੇ ਕਟੂਗਾਟ ਆਪਾਂ ਇੱਕ ਵਾਰ ਯੂਕਰੇਨ ਤੋਂ ਤਾਂ ਨਿਕਲਿ ਆਵਾਂਗੇ ਤੇ ਜੇ ਕਿਤੇ ਰਹਿਣਾ ਰਹਿਣਾ ਵੀ ਪੈਂਦਾ ਤੇ ਉਹ ਆ ਜਾ ਹੁਣ ਜਿੰਨੀ ਦੇਰ ਤੱਕ 24 ਤਰੀਕ ਦੀ ਹੁਣ ਇਹਨਾਂ ਦੀ ਬੁਕਿੰਗ ਹੋਈ ਹੈ ਵੀ ਜਿੰਨੀ ਦੇਰ ਤੱਕ ਕਿ 24 ਨੂੰ ਬੱਚੇ ਜਹਾਜ਼ ਚੜ੍ਹ ਨਹੀਂ ਜਾਂਦੇ ਤੇ 19 ਦੇਰ ਤੱਕ ਇਹ ਹੀ ਹੈ ਕਿਤੇ ਫਿਰ ਨਾ ਕੈਂਸਲ ਹੋ ਜੇ ਹੋਰ ਮੈਨੂੰ ਲੱਗਦਾ ਕਿ ਚਲੋ ਬੱਚਿਆਂ ਦੇ ਗਰੇ ਆ ਕਿਸੇ ਦੇ ਵੱਸ ਦੀ ਗੱਲ ਨਹੀਂ ਨਾ ਤਾਂ ਭਾਰਤ ਸਰਕਾਰ ਦੇ ਵੱਸ ਦੀ ਗੱਲ ਹੈ ਤਿੰਨਾ ਕਿਸੇ ਯੂਕਰੇਨ ਦੀ ਲੇਕਿਨ ਜੋ ਕੁਝ ਉਹ ਆਪ ਰਿਹਾ ਹੈਗਾ ਵੀ ਇੱਕ ਵੱਖਰੀ ਤਰ੍ਹਾਂ ਦਾ ਹੈ ਲੇਕਿਨ ਫਿਰ ਵੀ ਮੈਨੂੰ ਲੱਗਦਾ ਵੀ ਜਿਹੜੀ ਭਾਰਤ ਸਰਕਾਰ ਹੈ ਉਹਦੇ ਘੱਟੋ ਘੱਟ 20000 ਬੱਚਾ ਤੇ ਵੀ ਉਹਨਾਂ ਨੂੰ ਇਹ ਫੈਸਲਾ ਮਹੀਨਾ ਪਹਿਲਾਂ ਹੀ ਉਥੋਂ ਦੀਆਂ ਸੀਆਈਡੀ ਵਗੈਰਾ ਜੋ ਉਹਨਾਂ ਦੀਆਂ ਰਿਪੋਰਟਾਂ ਲੈ ਕੇ ਇਹਦੇ ਬਾਰੇ ਉਹਨਾਂ ਸੋਚ ਲੈਣਾ ਚਾਹੀਦਾ ਔਰ ਜੋ ਜੈਨੂਨ ਰੇਟ ਦਿੰਦੇ ਆ ਉਹ ਬੱਚਿਆਂ ਨੂੰ ਉਥੋਂ ਲਿਆਉਣਾ ਚਾਹੀਦਾ ਵੀ ਮੈਂ ਪਰ ਦੋ ਫੀਸ ਕਈ ਪਰਿਵਾਰ ਇਹੋ ਜਿਹੇ ਵੀ ਜਿਹੜੇ ਫੀਸ ਵੀ ਮਸਾਂ ਦੇ ਰਹੇ ਨੇ ਹੁਣ ਤੁਹਾਡੇ ਮਨ 'ਚ ਕੋਈ ਆਸ ਹੋ ਗਈ ਵੀ ਸਾਡੀ ਬੇਟੀ ਸਾਡੇ ਕੋਲ ਹਾਂ ਹਾਂ ਬਿਲਕੁਲ ਹੁਣ ਉਮੀਦ ਹੈ ਵੀ ਜਿਵੇਂ ਉਹ ਟਿਕਟ ਬੁੱਕ ਹੋਈ ਆ ਤਾਂ ਆਸਵੰਦ ਤਾਂ ਹੈਗੇ ਆ ਬੱਚੇ ਕਿ ਆ ਵੀ ਗਏ ਬੱਚੇ ਮਤਲਬ ਵਿੱਚੋਂ ਮੇਰੀ ਬੇਟੀ ਨਾ ਡੇਲੀ ਵੱਲ ਡੇਲੀ ਗੰਤੂ ਬਸ ਹੀ WhatsApp ਕਾਲ ਵਗੈਰਾ ਹੋ ਜਾਂਦੀ ਹੈ ਤੇ ਬੱਚਿਆਂ ਦੇ ਨਾਲ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ तकरीबन ਡੇਲੀ ਵੱਲੋਂ ਕਿਉਂਕਿ ਉੱਥੋਂ ਦਾ ਕੋਈ ਟਾਈਮ ਦਾ ਕੋਈ ਬਤਨ ਨਹੀਂ ਆਜਕਲ WhatsApp ਤੇ ਬੱਚੇ ਨਾਲ ਵੀਡੀਓ ਕਾਲ ਵੀ ਹੋ ਜਾਂਦੀ ਹੈ ਅਸੀਂ ਖੈਰ ਇਹਨਾਂ ਮਤਲਬ ਐਂ ਕਹਿ ਰਹੀ ਆ ਅਸੀਂ ਬਹੁਤ ਜ਼ਿਆਦਾ ਨਿਰਾਸ਼ ਆ ਇਹ ਨਹੀਂ ਲੇਕਿਨ ਅਸੀਂ ਆਸਵੰਦ ਹੈਗੇ ਵੀ ਬੱਚੇ ਆਉਣਗੇ ਵੀ ਲੜਾਈ ਨਹੀਂ ਲੱਗੂਗੀ ਪਰ ਮੀਡੀਆ ਦੇ ਵਿੱਚ ਜੋ ਕੁਝ ਵਿਖਾਇਆ ਜਾ ਰਿਹਾ ਪਾ ਜੀ ਵੀ ਉਹ ਬਹੁਤ ਡਰਾਉਣਾ ਹੈਗਾ ਮਤਲਬ ਉੱਥੋਂ ਇਹ ਲੱਗਦਾ ਹੈ ਕਿ ਬਾਕੀ ਬਹੁਤ ਭਿਆਨਕ ਹਾਲਤਾਂ ਬਣੀ ਹੋਈਆਂ ਪਰ ਬੱਚੇ ਜੋ ਦੱਸਦੇ ਨੇ ਉਹ ਕਹਿੰਦੇ ਵੀ ਪਾਪਾ ਜਿੰਨਾ ਕੁਝ ਦੱਸ ਰਹੇ ਨੇ ਵੀ ਉਹ ਜਾਂ ਉਹਨੀਆਂ ਹਾਲਤਾਂ ਪਾੜੀਆਂ ਹੈ ਨਹੀਂ ਤੋ ਸਾਇਦਾ ਗਵਰਨਮੈਂਟ ਇੰਡੀਅਨ ਗਵਰਨਮੈਂਟ ਇਹੀ ਸੋਚਦੀ ਹੋਵੇ ਵੀ ਐਕਚੁਅਲੀ ਹਾਲਤ ਜਿਹੜੀ ਹੈ ਨਹੀਂ ਕਿ ਲੇਕਿਨ ਉਹਨਾਂ ਨੂੰ ਕਟੂਰ ਫਿਰ ਮੀਡੀਆ ਨੂੰ ਜ਼ਰੂਰ ਵਰਦ ਦੇਣਾ ਚਾਹੀਦਾ ਵੀ ਜਿਹੜੀਆਂ ਤੁਸੀਂ ਖਬਰਾਂ ਦੇ ਰਹੇ ਆਂ ਵੀ ਉਹ ਓਨੇ ਕੁ ਟੂ ਦੀ ਪੁਆਇੰਟ ਹੀ ਖਬਰ ਦਿਓ ਨਾ ਕਿ ਤੁਸੀਂ ਜਹਾਜ਼ ਚੜਾਤਾ ਉਤਾਰਤਾ ਉੱਥੇ ਗੋਲੇ ਸਿੱੜਦੇ ਵਿਖਾਤੇ ਉਹ ਜਦੋਂ ਗੋਲੇ ਸਿੱੜਦੇ ਜਦੋਂ ਵਿਖਾਉਂਦੇ ਆ ਜਹਾਜ਼ਾਂ ਦੀ ਵੀਡੀਓ ਵਗੈਰਾ ਪੁਰਾਣੀਆਂ ਕੋਈ ਵੀਡੀਓ ਵਿਖਾਉਂਦੇ ਨੇ ਤੋ ਲੋਕਾਂ ਨੂੰ ਇਹ ਲੱਗਦਾ ਵਾਕਈ ਉੱਥੇ ਯੂਕਰੇਨ ਦੀ ਲੜਾਈ ਨੇ ਕੋਲੇ ਤੇ ਉਹਦੇ ਨਾਲ ਲੋਕਾਂ 'ਚ ਡਰ ਪੈਦਾ ਹੋ ਰਿਹਾ ਟੈਰਰ ਪੈਦਾ ਹੋ ਰਿਹਾ ਕਿ ਨਹੀਂ ਟ੍ਰਿਕਟਾ ਕੋ ਬੀ ਡੀ ਆਰੇਸ ਕੋ ਇਹਨਾਂ ਨੂੰ ਦੱਸੇ ਬੀਕੋ ਜੇ 24 ਨੂੰ ਚੱਲਦੀ ਐ ਤਾਂ ਉਹਦੀ ਵੈਸੇ ਤਾਂ ਇਹ 6-7 ਘੰਟਿਆਂ ਦਾ ਰਸਤਾ ਹੀ ਆ ਕੋਈ ਬੜਾ ਦੂਰ ਨਹੀਂ ਹੈਗਾ ਯੂਕਰੇਨ ਇੰਡੀਆ ਤੋਂ ਜਿਸ ਤਰ੍ਹਾਂ ਵੀ ਦੱਸ ਰਹੇ ਹਾਂ ਪਰ ਉਹਨਾਂ ਦੇ ਉੱਥੇ 30-32 ਘੰਟੇ ਦਾ ਸਟੇ ਹੈ ਉਸ ਦਾ ਵਿੱਚ ਇੱਕ ਦੋ ਥਾਵਾਂ ਤੇ ਰਲ ਕੇ ਕੋਈ 10-11 ਘੰਟੇ ਦਾ ਇੱਕ ਥਾਂ ਤੇ ਹੈ 11-12 ਘੰਟੇ ਤੇ ਇੱਕ ਥਾਂ ਤੇ ਤੇ ਵੀ ਮੇਰੇ ਹਿਸਾਬ ਨਾਲ ਵੀ ਘੱਟੋ-ਘੱਟ ਉਹ ਜਿਹੜੀ 26 ਤਰੀਕ ਨੂੰ ਇੱਥੇ ਉਹ ਮਤਲਬ ਆਉਗੀ ਵੀ ਮੇਰਾ ਇੱਕ ਇਹ ਵੀ ਸੰਦੇਸ਼ ਦੇਣਾ ਚਾਹਣਾ ਹੈ ਭਾਰਤ ਸਰਕਾਰ ਨੂੰ ਬੇਨਤੀ ਵੀ ਹੈ ਵੀ ਜਿਹੜੀਆਂ ਮੈਡੀਕਲ ਸਿੱਖਿਆ ਦੀਆਂ ਇੱਥੇ ਜਿਹੜੀ ਬਹੁਤ ਮਹਿੰਗੀ ਹੈ ਔਰ ਜਿਹੜੇ ਪ੍ਰਾਈਵੇਟ ਇੰਸਟੀਚੂਟ ਹੈ ਜਿਹੜੇ ਮੈਡੀਕਲ ਦੀ ਸਿੱਖਿਆ ਦੇ ਰਹੇ ਆ ਵੀ ਉਹ ਇੰਨੀਆਂ ਵੱਡੀਆਂ ਫੀਸਾਂ ਉਹ ਲੈਂਦੇ ਨੇ ਕਿ ਬੱਚਿਆਂ ਨੂੰ ਜਿਹੜੇ ਹੈਗੇ ਮਜਬੂਰਨ ਬਾਹਰਲੇ ਮੁਲਕਾਂ ਚ ਪੜਨਾ ਪੈ ਰਿਹਾ ਵੀ ਜਿਵੇਂ ਮਤਲਬ ਮੇਰੀ ਮੇਰੀ ਬੇਟੀ ਦੀ ਗੱਲ ਸੀ ਵੀ ਮੇਰੀ ਬੇਟੀ ਨੂੰ ਇੱਥੇ ਸੀਟ ਮਿਲ ਰਹੀ ਸੀ ਅਸੀਂ ਨਹੀਂ ਲਈ ਕਿਉਂਕਿ ਇੱਥੇ ਫੀਸ ਹੀ ਬਹੁਤ ਜ਼ਿਆਦਾ ਹੈ ਜਿਹੜੇ ਕਈ ਬੱਚੇ ਇਹੋ ਜਿਹੇ ਵੀ ਜਿਨ੍ਹਾਂ ਦਾ ਰੈਂਕ NEET ਦਾ ਬਹੁਤ ਥੋੜਾ ਸੀਗਾ ਤੇ ਉਹਨਾਂ ਨੂੰ ਮੈਦ ਹੀ ਨਹੀਂ ਸਕਦੀ ਸੀ ਉਹਨਾਂ ਦੇ ਉਹ ਫੀਸਾਂ ਭਰ ਸਕਦੇ ਸੀਗੇ ਲੇਕਿਨ ਉਹਨਾਂ ਨੇ ਬਾਹਰਲੇ ਮੁਲਕਾਂ 'ਚ ਭੇਜਤਾ ਉਹਨਾਂ ਦੇ ਚਲੋ ਇਹ ਮੰਨ ਲਿਆ ਜਾ ਸਕਦਾ ਕਿ ਉਹਨਾਂ ਨੂੰ ਇੱਥੇ ਸੀਟ ਨਹੀਂ ਮਿਲਦੀ ਜਿਹੜੇ ਬੱਚੇ ਨੂੰ ਇੱਥੇ ਸੀਟ ਮਿਲੀ ਹੋਈ ਹੈ ਜਾਂ ਮਿਲ ਰਹੀ ਹੈ ਉਹ ਵੀ ਜੇ ਬਾਹਰ ਜਾਂਦੇ ਤਾਂ ਇਹਦਾ ਮਤਲਬ ਉਹ ਫਿਕਰਵੰਦੀ ਵਾਲੀ ਗੱਲ ਹੈ ਵੀ ਜੇ ਇੱਥੇ ਮਤਲਬ ਤੁਸੀਂ ਜੋ ਜਿਹੜਾ ਯੂਕਰੇਨ ਹੈ ਮੁਲਕ ਉਹਦੇ 'ਚ ਬਹੁਤ ਮੈਡੀਕਲ ਯੂਨੀਵਰਸਿਟੀਆਂ ਬਹੁਤ ਕਾਲਜ ਹੈ ਉਹਨਾਂ ਦਾ ਇੱਕ ਬਿਜ਼ਨਸ ਹੈ ਵੀ ਸਾਡੇ ਦੇਸ਼ ਦੇ ਵਿੱਚ ਵੀ ਬਿਜ਼ਨਸ ਹੋ ਸਕਦਾ ਹੈ ਸਾਡੇ ਦੇਸ਼ ਦੇ ਵਿੱਚ ਵੀ ਲੋਕੀ ਡਿਗਰੀ ਕਰਨ ਵਾਸਤੇ ਬਾਹਰਲੇ ਮੁਲਕੋ ਚ ਜਾ ਸਕਦੇ ਲੇਕਿਨ ਉਹ ਜੇ ਉਹਨੂੰ ਸਸਤਾ ਕਰ ਦੇਉਂਦਾ ਤੁਸੀਂ ਹੁਣ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਮੈਡੀਕਲ ਕਰਾਉਂਦੀਆਂ ਵੀ ਉਹਨਾਂ ਦੇ 1 ਕਰੋੜ-ਕਰੋੜ ਦੇ ਵਿੱਚ ਇੱਕ ਐਮਬੀਬੀਐਸ ਦੇ 5 ਸਾਲਾਂ ਦਾ ਕੋਰਸ ਕੰਪਲੀਟ ਹੁੰਦਾ ਹੁਣ ਮੈਂ ਇੱਕ ਮੋਟਾ ਜਿਹਾ ਹਿਸਾਬ ਲਾਉਣਾ ਹੈਗਾ ਵੀ ਜਿਵੇਂ ਜੋ ਮੀਡੀਆ ਦੇ ਵਿੱਚ ਦੱਸਿਆ ਗਿਆ ਪਿਛਲੇ ਦਿਨਾਂ 'ਚ ਵੀ ਘੱਟੋ-ਘੱਟ 20 ਹਜ਼ਾਰ ਬੱਚਾ ਜਿਹੜਾ ਇੰਡੀਆ ਦਾ ਯੂਕਰੇਨ 'ਚ ਪੜਦਾ ਤੇ ਜੇ ਆਪਾਂ ਉਹਨਾਂ ਦੀ ਫੀਸ ਜਿਵੇਂ ਮੈਂ ਅਸੀਂ 4 ਲੱਖ ਰੁਪਈਆ ਫੀਸ ਭ ਤੇ ਉਹਦਾ ਬੇਟੀ ਦਾ ਰੂਮ ਦਾ ਜਿਹੜਾ ਖਰਚਾ ਹੈ 1200 ਡਾਲਰ ਰੂਮ ਦਾ ਖਰਚਾ ਹੈ ਜੀ ਇਕੱਲੀ ਜਾਣੇ ਦਾ 1200 ਡਾਲਰ ਦੇ ਵਿੱਚ ਇੱਕ ਕਮਰਾ ਮਿਲਦਾ ਹੈ ਉਹਦੇ ਵਿੱਚ ਬਾਥਰੂਮ ਹੈ ਫਲਸ਼ ਹੈ ਰਸੋਈ ਹੈ ਸਾਰਾ ਕੁਝ ਤੇ ਜਿਹੜਾ ਬਾਕੀ ਖਾਣਾ ਪੀਣਾ ਉਹਦਾ ਵੱਖਰਾ ਉਹ ਲਾ ਕੇ ਤੁਸੀਂ ਤਕਰੀਬਨ 30000 ਰੁਪਿਆ ਹਰ ਮਹੀਨੇ ਬੱਚੇ ਦਾ ਖਰਚਾ ਤੁਹਾਨੂੰ ਆਉਂਦਾ ਹੈ ਤੇ ਬਾਹਰੋਂ ਤੀਏ 36 360 ਦਾ ਲਗਭਗ ਬੱਚੇ ਦਾ ਖਰਚਾ ਰਹਿਣ ਦਾ ਅੱਜ ਵੀ ਹੁਣ ਟਿਕਟਾ ਆਉਣ ਜਾਣ ਦਾ ਹੈਗਾ ਉਹ ਇਹ ਤੋਂ ਬਿਨਾਂ ਤਾਂ तकरीबन 8 ਲੱਖ ਰੁਪਏ ਮੈਂ ਮोटा ਜਿਹਾ حساب ਲਾਉਣਾ ਵੀ ਬੱਚਾ 1 ਸਾਲ ਦੇ ਵਿੱਚ ਇੱਕ ਬੱਚਾ ਖਰਚਾ ਕਰ ਦਿੰਦਾ ਹੈ ਯੂਕਰੇਨ ਦੇ ਵਿੱਚ ਤੇ ਜੇ 20000 ਬੱਚਾ ਹੋਵੇ ਤਾਂ ਤੁਸੀਂ ਲਾਓ ਵੀ 20000 ਬੱਚਾ 6 ਲੱਖ ਦੇ حساب ਨਾਲ ਵੀ ਇੱਕ ਅਰਬ ਤੋਂ ਉੱਪਰ ਜਿਹੜਾ ਭਾਰਤ ਦਾ ਪੈਸਾ ਜਿਹੜਾ ਉਹ ਯੂਕਰੇਨ ਦੇ ਵਿੱਚ ਜਾ ਕੇ ਦਮਾ ਹੋ ਜਾਂਦਾ ਜਾਂ ਉੱਥੋਂ ਦੀਆਂ ਜਿਹੜੀਆਂ ਏਜੰਸੀਆਂ ਉਹ ਵੀ ਕਮਾਈ ਕਰਦੀਆਂ ਲਿਕਨ ਉਹੀ ਜੇ 1 ਅਰਬ ਤੋਂ ਵੱਧ ਰੁਪਈਆ ਭਾਰਤ ਦਾ ਭਾਰਤ ਵਿੱਚ ਹੀ ਖਰਚਾ ਜਾਵੇ ਤੇ ਇਥੋਂ ਦੀ ਸਾਡੀ ਨਾਲੇ ਤਾਂ ਬੱਚਿਆਂ ਦੀ ਪੜ੍ਹਨ ਦਾ ਜਿਹੜਾ ਉਹਨਾਂ ਦੀ ਰਿਕੁਆਇਰਮੈਂਟ ਹੈ ਸਾਰੇ ਕੋਲ ਡਾਕਟਰ ਪੈਦਾ ਹੋ ਸਕਣ ਵਧੀਆ ਡਾਕਟਰ ਮਿਲਣ ਸਾਨੂੰ ਨਾਲੇ ਉਹੀ ਜਿਹੜੇ ਹੈਗੇ ਆ ਬੱਚੇ ਇੱਥੇ ਬਹਿ ਕੇ ਜਿਹੜੇ ਦੂਰ ਦਰਾਡੇ ਪਿੰਡਾਂ ਚ ਆਦਾ ਬਿਜ਼ਨਸ ਕਰਨ ਹੁਣ ਸਾਨੂੰ ਮਜਬੂਰ ਨੇ ਉੱਥੇ ਬੱਚੇ ਭੇਜਨੇ ਪੈ ਰਹੇ ਐ ਬੱਚਿਆਂ ਨੂੰ ਜਦੋਂ ਭੇਜਦੇ ਆ ਤਾਂ ਉੱਥੇ ਖਰਚਾ ਲੱਗ ਰਿਹਾ ਉਹ ਜਾ ਤਾਂ ਪੈਸਾ ਹੀ ਉੱਤੇ ਜਾ ਰਿਹਾ ਹੁਣ ਜਿਹੜੇ ਸਾਡੇ ਕਈ ਬੱਚੇ ਬਾਹਰਲੇ ਮੁਲਕਾਂ 'ਚ ਰਹਿਣ ਵਾਸਤੇ ਜਾਂਦੇ ਆ ਕੈਨੇਡਾ ਉੱਤੇ ਉੱਥੇ ਉਹਨਾਂ ਨੇ ਉਹਨਾਂ ਨੂੰ ਇਹਨਾਂ ਵੀ ਪੀਆਰ ਹੋ ਜਾਂਦੇ ਪਰ ਯੂਕਰੇਨ 'ਚ ਤਾਂ ਪੀਆਰ ਵੀ ਨਹੀਂ ਹੋਣਾ ਚਾਹੁੰਦਾ ਕੋਈ ਵੀ ਸਿਰਫ ਪੜਨ ਜਾਣਾ ਤੇ ਵੀ ਤੁਹਾਨੂੰ ਗਵਰਨਮੈਂਟ ਨੂੰ ਮੇਰੀ ਇੱਕ ਬੇਨਤੀ ਹੈ ਇੱਕ ਨਮਾਣੇ ਜੇ ਬਾਪਉਣ ਦੇ ਨਾਤੇ ਇੱਕ ਸ਼ਹਿਰੀ ਹੋਣ ਦੇ ਨਾਤੇ ਇੱਕ ਵੀ ਸਾਡੇ ਜਿਹੜੇ ਹੈਗਾ ਇਥੋਨੀਆ ਸਰਕਾਰਾਂ ਇਹੋ ਜਿਹਾ ਫੈਸਲਾ ਲੈਣ ਜਿਹੜੇ ਮੈਡੀਕਲ ਲਾਈਨ ਦੇ ਵਿੱਚ ਵੀ ਉਹਨੂੰ ਜ਼ਰੂਰ ਉਹਨੂੰ ਕੰਟਰੋਲ ਕਰਨ ਉਹਨੀਆਂ ਫੀਸਾਂ ਦੇ ਉੱਤੇ ਕਿ ਇਹੋ ਜੀ ਕੰਟਰੋਲਿੰਗ ਅਥਾਰਟੀ ਬਣਾਉਣ ਵੀ ਜਿਹੜੀਆਂ ਫੀਸਾਂ ਨੂੰ ਘਟਾਉਣ ਉਹਨਾਂ ਦੀਆਂ ਫੀਸਾਂ ਦਾ ਜਿਹੜਾ ਨਜਾਇਜ਼ ਵਾਧਾ ਹੈਗਾ ਵੀ ਇੱਕ ਤੇ ਉਹਦਾ 14 ਲੱਖ ਰੁਪਇਆ 20-20 ਲੱਖ ਰੁਪਇਆ ਇੱਕ ਸਾਲ ਦਾ ਜਿਹੜਾ ਖਰਚਾ ਹੈ ਵੀ ਇਹ ਆਮ ਆਪੇ ਦੇ ਵੱਸ ਦੀ ਗੱਲ ਨਹੀਂ ਹੈਗੀ ਵੀ ਇਸ ਨੂੰ ਪੜ੍ਹਾਈ ਨੂੰ ਸਸਤਾ ਕਰੋ ਇੰਨਾ ਕਿ ਸਸਤਾ ਕਰੋ ਕਿ ਬੰਦੇ ਜਿਹੜੇ ਹੈਗੇ ਉਹ ਸੋਖਾ ਪਰ ਸਕਣ ਕੱਟੂਕੱਟ ਜਿਹੜੇ ਯੂਕਰੇਨ ਵਗੈਰਾ ਜਿੰਨੀ ਕੀ ਫੀਸ ਭਰਦੇ ਉਹਨੇ ਕਿ ਤੁਸੀਂ ਇੱਥੇ ਕਰਦੇ ਹੋ ਤਾਂ ਇੱਥੇ ਕਦੇ ਬਾਹਰ ਕੋਈ ਜਾ ਵੀ ਨਾ ਔਰ ਭਾਰਤ ਦਾ ਪੈਸਾ ਭਰਤੀ ਤੇ ਲੱਗੇ ਔਰ ਇੱਥੇ ਡਾਕਟਰ ਭਾਰਤ ਨੂੰ ਨੌਕਰੀਆਂ ਵੀ ਮਿਲਣ ਉਹਨਾਂ ਨੂੰ ਪੜਾਉਣ ਵਾਲਿਆਂ ਨੂੰ ਨੌਕਰੀਆਂ ਮਿਲਣ ਉਹ ਤੇ ਕਿੰਨਾ ਕੁਛ ਇੱਕ ਯੂਨੀਵਰਸਿਟੀ ਨੂੰ ਜਿਹਦੇ ਬਣਾਉਣ ਦੇ ਵਿੱਚ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਅੱਜ ਜਿਹੜੀ ਬੇਰੁਜ਼ਗਾਰੀ ਹੈ ਕਿਤੇ ਨਾ ਕਿਤੇ ਉਹਦਾ ਹੱਲ ਨਿਕਲ ਸਕਦਾ ਵੀ ਕੱਟੂਕੱਟ ਇੱਕ ਇੱਕ ਅਰਬ ਰੁਪਈਆ ਥੋੜਾ ਨਹੀਂ ਹੁੰਦਾ ਕਿ ਮੈਂ ਸਮਝਦਾ ਕਿਸੇ ਮੁਲਕ ਕਰਤੇ ਔਰ ਇਹ ਗਰੀਬ ਮਾਪਿਆਂ ਦਾ ਪੈਸਾ ਜਿਹੜਾ ਉਹ ਉੱਧਰ ਏ ਮੇਰੇ ਇਹਨੇ ਇੱਕ ਸੰਦੇਸ਼ ਜਣਾ ਚਾਹੁੰਦਾ ਸੀ ਜੀ